ਮਗਰ ਪਾਣੀ ਨਾ ਖਾ ਲੈ ਨਹੀਂ ਨਹੀਂ ਇੱਕ ਆਦਮੀ ਮੈਨੂੰ ਅੰਦਰ ਬੇਬ ਸਾਹਿਬ ਕਹਿੰਦੇ ਇੱਕ ਆਦਮੀ ਮੈਨੂੰ ਕਹਿੰਦਾ ਕਿ ਭਾਜੀ ਮੇਰੀ ਬੜੀ ਤਬੀਅਤ ਖਰਾਬ ਹੈ ਤੇ ਮੈਨੂੰ ਕੋਈ ਦੱਸੋ ਮੈਂ ਕਿਹਾ ਆ ਰਿਹਾ ਇਹ ਦੋ ਗੋਲੀਆਂ ਨੀ ਇਹ ਖਾ ਲਈ ਭਾਜੀ ਕਿਹਦੇ ਨਾਲ ਖਾਵਾਂ ਮੈਂ ਕਿਹਾ ਯਾਰ ਪਾਣੀ ਨਾ ਖਾ ਲੈ ਨਹੀਂ ਨਹੀਂ ਸਹੀ ਦੱਸੋ ਮੈਂ ਕਿਹਾ ਯਾਰ ਦੁੱਧ ਨਾਲ ਚਾਹ ਨਾਲ ਨਹੀਂ ਨਹੀਂ ਸਹੀ ਦੱਸੋ ਮੈਂ ਕਿਹਾ ਰੈਫਲ ਨਾਲ ਖਾ ਲੈ ਤੇ ਇਹ ਦੋ ਖੁਰਾਕਾਂ ਤੇਰੀਆਂ ਕੱਲ ਦੀਆਂ ਨੇ ਤੇ ਕਹਿੰਦਾ ਇਹ ਕਿਸ ਤਰ੍ਹਾਂ ਖਾਣੀਆਂ ਮੈਂ ਕਿ ਸੌਣ ਤੋਂ ਬਾਅਦ ਘੁੱਟਣ ਤੋਂ ਪਹਿਲੇ ਫਾਕਰ ਸਾਹਿਬ ਮੇਰੇ ਰਸਤੇ ਦੋਸਤ ਦੀ ਵਾਲਦਾ ਮਿਲ ਪਈ ਤੇ ਉਹ ਮੈਨੂੰ ਕਹਿੰਦੀ ਏ ਸਾਈ ਸੁਣਨ ਵਾਲਾ ਜੇ ਤੁਹਾਡੇ ਸਹੀ ਦੇ ਤੇਰੇ ਸਟਾਈਲ ਦੇ ਨੌ ਨੰਬਰ ਤੇ ਮੈਨੂੰ ਕਹਿੰਦੀ ਏ ਬਾਗ ਪੁੱਤਰ ਕੀ ਆ ਰਹੇ ਮੈਂ ਕਹਾਂ ਜੀ ਤੁਹਾਡੀਆਂ ਦੁਆਵਾਂ ਕਹਿੰਦੀ ਪੁੱਤਰ ਜਦੋਂ ਦੇ ਮਰਮ ਗਏ ਨੇ ਨਾ ਕੋਈ ਫੰਕਸ਼ਨ ਏ ਨਾ ਕੋਈ ਜੰਕਸ਼ਨ ਏ ਨਾ ਕੋਈ ਮਿਊਜ਼ਿਕ ਏ ਨਾ ਕੋਈ ਗਾਣਾ ਨਾ ਬੈਕਗਰਾਊਂਡ ਏ ਬੜੇ ਹਾਲਾਤ ਖਰਾਬ ਨੇ ਨਵਾਸੀ ਸਾਹਿਬ ਨੇ ਮਹਿੰਗਾਈ ਕਰਤੀ ਏ ਅੱਗੋਂ ਕਾਰੋਬਾਰ ਬਿਲਕੁਲ ਹੀ ਬੰਦ ਹੋ ਗਿਆ ਕੀ ਬਣੇਗਾ ਮੈਂ ਕਿਹਾ ਮਾਂ ਜੀ ਜਿੱਥੇ ਉਹ ਦਿਨ ਨਹੀਂ ਰਹਿ ਤੇ ਜਾਂਦੇ ਵੀ ਨਹੀਂ